ਬਰਥਡੇ ਕਿਸੇ ਦਾ ਮਰਜ਼ੀ ਹੋਵੇ ਪਰ ਹਰ ਸਾਲ ਰਾਤ ਨੂੰ 12 ਵਜੇ ਕੇਕ ਕੱਟ ਕੱਟ ਕੇ ਨਾ ਬੋਰ ਹੋ ਗਈ ਸੀ। ਮੈਂ ਕਿਹਾ ਕਿਉਂ ਨਾ ਇਸ ਵਾਰ ਕੁਝ ਹਸਬੈਂਡ ਦੇ ਬਰਥਡੇ ਤੇ ਅਲੱਗ ਕੀਤਾ ਜਾਵੇ। ਰੂਮ ਦੀ ਡੈਕੋਰੇਸ਼ਨ ਕਰਨ ਲਈ ਗੁਬਾਰੇ ਫੁਲਾਉਂਦੇ ਫੁਲਾਉਂਦੇ ਮੇਰੀਆਂ ਗੱਲਾਂ ਦੇ ਤਾਂ ਬਸ ਹੋ ਗਈ ਸੀ ਭਈਆ। ਪਰ ਕਿਵੇਂ ਨਾ ਕਿਵੇਂ ਕਰਕੇ ਆਪਾਂ ਡੈਕੋਰੇਸ਼ਨ ਕੰਪਲੀਟ ਕੀਤੀ ਐਂਡ ਫਿਰ ਕੇਕ ਆਰਡਰ ਕੀਤਾ। ਕੇਕ ਦੇ ਉੱਪਰ ਇਸ ਵਾਰ ਮੈਂ ਹਸਬੈਂਡ ਨੇ ਲਿਖਵਾਇਆ ਸੀ ਡੈਡ ਟੂ ਬੀ, ਬਿਕੋਜ਼ ਵਾਈ ਨਾਟ। ਬਟ ਮੇਰੇ ਕੋਲੋਂ ਨਾ ਇੱਥੇ ਗਲਤੀ ਹੋ ਗਈ ਸੀ। ਮੈਂ ਬਟਰ ਸਕੋਚ ਕੇਕ ਦੀ ਜਗ੍ਹਾ ਮੰਗਵਾ ਲਿਆ ਸੀ ਚਾਕਲੇਟ ਵਾਲਾ ਕੇਕ, ਜੋ ਕਿ ਮੰਮਾ ਬਿਲਕੁਲ ਵੀ ਨਹੀਂ ਖਾਂਦੇ। ਬਟ ਕੋਈ ਗੱਲ ਨਹੀਂ, ਹਸਬੈਂਡ ਦੇ ਆਉਣ ਤੇ ਆਪਾਂ ਬਰਥਡੇ ਸੈਲੀਬ੍ਰੇਟ ਕੀਤਾ। ਕੇਕ ਕਟਿੰਗ ਕੀਤਾ, ਇੱਕ ਦੂਜੇ ਨੂੰ ਖਿਲਾਇਆ। ਹੈਪੀ ਬਰਥਡੇ ਟੂ ਯੂ। ਕੁਝ ਏਦਾਂ ਦਾ ਰਿਹਾ ਹਸਬੈਂਡ ਦਾ ਬਰਥਡੇ। ਐਂਡ ਤੁਹਾਡਾ ਬਰਥਡੇ ਕਦੋਂ ਆਉਂਦਾ ਮੈਨੂੰ ਕਮੈਂਟ ਸੈਕਸ਼ਨ ਜ਼ਰੂਰ ਦੱਸਿਓ। ਮਿਲਦੇ ਹਾਂ ਅਗਲੇ ਵਲੌਗ ਦੇ ਨਾਲ।